ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਬੀਤੀ ਰਾਤ ਇੱਕ ਪਰਿਵਾਰ ਦੇ ਕਹਿਰ ਬਣ ਕੇ ਟੁੱਟੀ ਹੈ। ਦਰਅਸਲ ਬੀਤੀ ਰਾਤ ਹੋ ਰਹੀ ਬਰਸਾਤ ਦੇ ਕਾਰਨ ਇੱਕ ਬਿਨਾਂ ਰੇਲਿੰਗ ਦੇ ਪੁਲ ਤੋਂ ਕਾਰ ਬਰਸਾਤੀ ਨਾਲੇ ਚ ਡਿੱਗ ਗਈ, ਜਿਸ ਕਾਰਨ ਪਿਤਾ ਪੁੱਤਰ ਦੀ ਮੌਤ ਹੋ ਗਈ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਧੀਰਜ ਸੈਣੀ 43 ਸਾਲ ਅਤੇ ਉਸਦੇ 12 ਸਾਲਾ ਲੜਕੇ ਅੰਸ਼ ਸੈਣੀ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਲੋਪੋਕੇ ਮਾਰਗ ਦੇ ਉੱਤੇ ਪੈਂਦੇ ਪਿੰਡ ਖਿਆਲ ਕਲਾਂ ਦੇ ਵਿੱਚ ਵਾਪਰੀ ਹੈ। ਪਿੰਡ ਵਾਸੀਆਂ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਅੰਮ੍ਰਿਤਸਰ ਤੋਂ ਚੁਗਾਵਾਂ ਵੱਲ ਨੂੰ ਜਾ ਰਹੀ ਸੀ, ਜੋ ਪੁਲ ਤੇ ਰੇਲਿੰਗ ਨਾ ਹੋਣ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਕਰਕੇ ਨਾ ਨੁਕਸਾਨ ਜਿਹੜਾ ਮਾੜਾ ਮੋਟਾ ਝਾਕਾ ਆ ਜਾਂਦਾ ਗੱਡੀ ਵਾਲਾ, ਫਿਰ ਵੀ ਗੱਡੀ ਕੰਟਰੋਲ ਕਰਦਾ। ਰਾਤੀ ਕੀ ਵਾਕਿਆ ਵਾਪਰਿਆ ਸੀ? ਵਾਕਿਆ ਇਹ ਵਾਕਿਆ ਵੀ ਇੱਧਰੋਂ ਆਉਣ ਡੇ ਪਿੰਡ ਵੱਲੋਂ ਖਿਆਲੇ ਵੱਲੋਂ ਗੱਡੀ ਆਉਣ ਡੇ ਸੀ ਤੇ ਗਾੜੀ ਪਤਾ ਨਹੀਂ ਚਾਹੇ ਉਹਨੂੰ ਲੈ ਧਰੇਖਾ ਲੱਗ ਗਿਆ ਕੀ ਗੱਲ ਬਣੀ, ਗੱਡੀ ਸਿੱਧੀ ਪੁਲ ਤੋਂ ਥੱਲੇ ਡਿੱਗੀ। ਪੁਲ ਦੇ ਥੱਲੇ ਪੁਲ ਦਾ ਕਿਨਾਰਾ ਕਨੂਰਾ ਕੋਈ ਹੈ ਨੀ ਗਾ, ਪਤਾ ਨੀ ਲੱਗਾ ਵੀ ਕੀ ਬਣਿਆ ਵਿਚਾਰੇ ਨਾਲ। ਅੱਗੇ ਵੀ ਕਦੀ ਇਸ ਤਰ੍ਹਾਂ ਦੇ ਹਾਦਸੇ ਵਾਪਰੇ? ਅੱਗੇ 3-4 ਵਾਕੇ ਵਾਪਰੇ, ਇੱਕ ਘੁੜਕਾ ਲੰਘ ਗਿਆ ਸੀ, ਇੱਕ ਟਰੈਕਟਰ ਲੰਘ ਗਿਆ ਸੀ ਉਹ ਵੀ ਵੱਜ ਗਿਆ, ਮਗਰ ਤਵੀਆਂ ਸੀ ਜਿਹੜਾ ਘੁੜਕਾ ਵੀ ਮਗਰ ਭਾਰੀ ਉਹਦੇ ਕਰਕੇ ਤੋਲਿਆ ਰਿਹਾ ਘੁੜਕਾ ਦੇ ਤੇ, ਉਹ ਵੀ ਟਰੈਕਟਰਾਂ ਨਾਲ ਕੱਢਿਆ। ਰਾਤੀ ਤੁਸੀਂ ਮੌਕੇ ਤੇ ਪਹੁੰਚੇ ਜਦੋਂ ਗੱਡੀ? ਰਾਤੀ ਮੌਕੇ ਤੇ ਪਹੁੰਚੇ ਜਦੋਂ ਗੱਡੀ ਡਿੱਗੀ ਆ, ਮਗਰ ਇੱਕ ਗੱਡੀ ਅੱਗੇ ਜਾਣ ਡਈ, ਜਿਹੜੀ ਗੱਡੀ ਵਾਲਿਆਂ ਨੂੰ ਰੌਲਾ ਪਾਇਆ ਵੀ ਗੱਡੀ ਮਗਰ ਡਿੱਗ ਪਈ। ਗੱਡੀ ਤੁਸੀਂ ਗੱਡੀ ਦੇ ਬਚਾ ਹੈ ਜਿਹੜਾ? ਨਹੀਂ ਬਚਾ ਕੋਈ ਨਹੀਂ, ਜੋ ਮੁੰਡੇ ਕੱਢੇ ਨਾ ਗੱਡੀ ਦੇ ਵਿੱਚ ਦੋਵੇਂ ਐਕਸਪਾਇਰ ਹੋਏ, ਦੋਵੇਂ ਪਿਓ ਪੁੱਤ ਹੈਗੇ। ਕਿੰਨੀ ਉਮਰ ਹੋ ਗਈ ਉਹਨਾਂ ਦੀ? ਉਹਦੇ ਇੱਕ ਦੀ ਵਾਲ ਮੰਨ ਲਓ ਤੁਸੀਂ 35-35 ਸਾਲ ਚਾਹੀਦਾ ਹੋਊਗਾ, ਬੱਚਾ ਜਿਹੜਾ ਉਹ 10-12 ਸਾਲ ਦਾ 11 ਸਾਲ ਦਾ ਹੋਊਗਾ। ਕਿੱਥੋਂ ਦੇ ਕੋ ਪਤਾ ਕੀ ਉਹਨਾਂ ਦਾ? ਇਹਨਾਂ ਵਿਛਾੜੇ ਦਾ ਆਉਂਦੇ, ਇਹਨਾਂ ਪੱਕਾ ਪਤਾ ਨਹੀਂ ਕਿੱਥੋਂ ਦੇ ਉਹਨਾਂ ਪਛਾੜੇ ਦੇ ਦੱਸਦੇ। ਇਹ ਪੁਲ ਤੁਹਾਡਾ ਲਗਾਤਾਰ ਇਸ ਤਰ੍ਹਾਂ ਹੀ ਹੈ ਕਿ ਇਦਾਂ ਹੀ ਲਗਾਤਾਰ ਇਦਾਂ ਹੀ ਹੁਣ 2-3 ਦਿਨ ਆਹੀ ਆ ਕਿਨਾਰੀ ਕਨੂਰੀ ਚੌੜਾ ਵੀ ਆ ਮਾੜਾ ਮੋਟਾ ਬਣਾ ਬੰਨ ਬੰਨਦੇ ਆ, ਫਿਰ ਲੋਕ ਤੋੜ ਤਾੜ ਜਾਂਦੇ ਆ। ਇਹ ਪੁਲ ਬਣਿਆ ਗਲਤ ਹੈ, ਪੁਲ ਗਲਤ ਹੈ ਨਾ, ਸੜਕ ਨੂੰ ਸਿੱਧਾ ਚਾਹੀਦਾ, ਸੜਕ ਨੂੰ ਸਿੱਧਾ ਚਾਹੀਦਾ, ਪੁਲ ਬਣਿਆ ਗਲਤ ਹੈ, ਜਦੋਂ ਸ਼ੁਰੂ ਤੋਂ ਬਣਿਆ ਪੁਲ ਤੇ ਪੁਲ ਹੀ ਗਲਤ ਹੈ। ਭੇਤੀ ਰੋਜ਼ ਦਾ ਉਹਨੂੰ ਪਤਾ ਵੀ ਇਹਦੇ ਮੋੜ ਹੈ ਸਹੀ ਹੋਈ ਦਾ। ਅੰਮ੍ਰਿਤਸਰ ਤੋਂ ਅਮਨ ਮਾਹਲ, ਦਿਵਿਆ ਪੰਜਾਬ ਟੀਵੀ।